ਸਤਿ ਸ੍ਰੀ ਅਕਾਲ ਜੀ ਅਸੀਂ ਬਲਵੀ ਸਟੋਰ ਪੋਸਟ ਤੋਂ ਵਿੱਚੋਂ ਲੋਜਾਰਾ ਤੋਂ ਬੋਲ ਰਿਹਾ ਸਾਨੂੰ ਪਿਆਰ ਪ੍ਰੀਤ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਤੇ ਸਭ ਠੀਕ ਠਾਕ ਹੋਣਗੇ ਤੇ ਅਸੀਂ ਲਾਈਵ ਲੈ ਕੇ ਆ ਬਹੁਤ ਹੀ ਐਕਸਟਰਾ ਆਨਰੀ ਜਿਹੜੇ ਪ੍ਰੋਪਰ ਪੈਪਲਮ ਟੌਪ ਸ਼ਰਟ ਸ਼ਰਟ ਦਾ ਸ਼ਾਰਾ ਪਾਕਿਸਤਾਨੀ ਗਰਾਰਾ ਹਰ ਤਰ੍ਹਾਂ ਦੇ ਆਰਟੀਕਲ ਤੁਹਾਨੂੰ ਮਿਲਣਗੇ ਓਨਲੀ 15 ਪੀਸ ਪਹਿਲੇ 6 ਪੀਸਾਂ ਤੁਹਾਨੂੰ ਸਿੰਗਲ ਸਿੰਗਲ ਆਰਟੀਕਲ ਹੋਣਗੇ ਉਸ ਤੋਂ ਬਾਅਦ 10 ਆਰਟੀਕਲ ਆਣਗੇ ਸਭ ਚ ਤੁਹਾਨੂੰ ਇੱਕ ਇੱਕ ਕਲਰ ਦੇਖਣ ਨੂੰ ਮਿਲੇਗਾ ਤੁਸੀਂ ਕੋਈ ਵੀ ਆਪਣਾ ਆਰਡਰ ਪਲੇਸ ਕਰਨਾ ਵਾ ਕੋਈ ਵੀ ਇਨਕੁਆਰੀ ਕਰਨੀ ਆ ਸ਼ਾਪ ਦੇ ਤਿੰਨ WhatsApp ਨੰਬਰ ਨੇ ਤੁਸੀਂ ਇਹਨਾਂ ਤਿੰਨਾਂ ਨੰਬਰਾਂ ਤੇ ਕੋਈ ਵੀ ਆਪਣਾ ਸਕਰੀਨਸ਼ਾਟ ਭੇਜ ਸਕਦੇ ਹੋ ਇਹ ਨੰਬਰਾਂ ਨੂੰ ਸੇਵ ਕਰ ਸਕੋ ਤਿੰਨਾਂ ਨੰਬਰਾਂ ਤੇ ਸੁਵਿਧਾ ਉਪਲਬਧ ਆ WhatsApp ਦੀ ਸ਼ਿਪਿੰਗ ਸਾਡੀ ਵਰਲਡਵਾਈਡ ਆ ਕਿਤੇ ਵੀ ਬੜ ਕੇ ਤੁਸੀਂ ਕਰੋ ਆਪਣਾ ਆਰਡਰ ਪਲੇਸ 2 ਤੋਂ 3 ਡੇਸ ਇੰਡੀ ਦੇ ਅੰਦਰ 4 ਤੋਂ 5 ਡੇਸ ਪੂਰੇ ਆਲ ਵਰਲਡ ਦੇ ਦਸਤਾ ਜੀ ਜਿਹੜੀ ਅੱਜ ਦੀ ਵੀਡੀਓ ਆ ਬਹੁਤ ਮਜ਼ੇਦਾਰ ਹੋਣ ਵਾਲੀ ਆ ਕਿਉਂਕਿ ਅੱਜ ਦੀ ਵੀਡੀਓ ਤੋਂ ਜੋ ਵੀ ਲੇਟਸ ਮਿਲੇਗਾ ਜੋ ਕਾਰਚ ਫੈਮਿਲੀ ਫੰਕਸ਼ਨ ਆ ਖੁਦੀ ਵਿਡਿੰਗ ਹੈਗੀ ਆ ਤਾਂ ਤੁਸੀਂ ਕਿਸੇ ਵੀ ਟ੍ਰੂਜ਼ੋ ਵਾਸਤੇ ਕਿਤੇ ਵੀ ਇਹ ਚੀਜ਼ਾਂ ਨੂੰ ਵੇਅਰ ਕਰ ਸਕਦੇ ਹੋ ਕੋਕਟੇਲ ਪਾਰਟੀ ਹੋਵੇ ਬਰਥਡੇ ਪਾਰਟੀ ਹੋਵੇ ਔਰ ਹਰ ਤਾਂ ਦੀ ਤੁਹਾਨੂੰ ਅੱਜ ਵੈਰਾਈਟੀ ਮਿਲੇਗੀ ਤਾਂ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿ ਇਹ ਵੀਡੀਓ ਹਰ ਪਰਸਨ ਤੱਕ ਪਹੁੰਚ ਸਕੇ ਕਿ ਹਰ ਪਰਸਨ ਆਪਣੇ ਵਸੇ ਵਿੱਚ ਕੋਈ ਵੀ ਵੈਡਿੰਗਾਂ ਜਾਂ ਫੈਸਟੀਵਲ ਸਟਾਰਟ ਹੋ ਰਹੇ ਨੇ ਤਾਂ ਇਹਨਾਂ ਚੀਜ਼ਾਂ ਨੂੰ ਬਾਈ ਕਰ ਸਕਣ ਕੋਈ ਜਿਹੜੀ ਮਾਊਂਟ ਰੇਂਜ ਹੈਗੀ ਹੈ ਤਕਰੀਬਨ 14-15 ਤੋਂ ਲੈ ਕੇ 30 ਦੀ ਰੇਂਜ ਦਾ ਤੁਹਾਨੂੰ ਸਾਰੇ ਆਰਟੀਕਲ ਦੇਖਣ ਨੂੰ ਮਿਲਣਗੇ ਤਾਂ ਸਟਾਰਟ ਕਰਦਾ ਹਾਂ ਜੀ ਵਾਹਿਗੁਰੂ ਦਾ ਨਾਮ ਲੈ ਕੇ ਆਰਟੀਕਲ ਨੰਬਰ 1 ਜਿਹੜਾ ਫਸਟ ਨੰਬਰ ਆਰਟੀਕਲ ਆਏਗਾ ਸਭ ਤੋਂ ਪਿਆਰਾ ਇਹਦਾ ਕਲਰ ਹੋਏਗਾ ਸਿਸਟਰ ਜੀ ਥਿਸ ਇਜ਼ ਅ ਲਾਈਟ ਬ੍ਰਾਊਨ ਕਲਰ ਤੇ ਉਸ ਤੋਂ ਬਾਅਦ ਜਿਹੜੀ ਦੀ ਵਾਕਮੈਂਸ਼ਿਪ ਹੈਗੀ ਹੈ ਟੋਟਲੀ ਹੈਂਡਵਰਕ ਹੋਏਗਾ ਫੁੱਲ 슬ੀਵਸ ਹੈਗੇ ਨੇ ਸਭ ਤੋਂ ਪਹਿਲਾਂ ਵਾਕ ਦੇਖੋ ਟੋਟਲ ਸਿਸਟਰ ਜੀ ਇਹ ਆਏਗਾ ਜੀ ਕੜਦਾਣੇ ਦੇ ਨਾਲ ਪੂਰਾ ਸੀਕਵੈਂਸ ਆਫ ਵਾਕ ਯਾਨੀ ਕਿ 에ਵਰੀਥਿੰਗ ਡਿਫਰੈਂਟ ਹੋਏਗਾ ਕਿਉਂਕਿ ਇਸ ਸ਼ਾਰੇ ਦੀ ਜਿਹੜਾ ਫਲੇਅਰ ਹੈਗਾ ਵਾ ਸਕਰਟ ਤੋਂ ਵੱਧ ਦਾ ਫਲੇਅਰ ਹੋਗਾ ਪਾਕਿਸਤਾਨੀ ਗਰਾੜਾ 2200 ਪ੍ਰੋਪਰ ਫਿਟਿੰਗ ਹੋਏਗੀ ਸਿਸਟਰ ਜੀ ਹੋਰ ਆਏਗਾ نیچے ਫਿਨਿਸ਼ਿੰਗ ਬਾਰਡਰਾਂ ਸੀਕਵੈਂਸ ਸਿਲਿਆ ਹੋਇਆ ਵਾ FABRIC HOYEGA 60 GRAM DA FABRIC HOYEGA BACK TE WORK KITTA BACK TE NECK LINE VI AA PLUS BOOTI VI AA POORA BORDER VI AA BACK TE DORI VI AA TASSEZ VI AA EVERYTHING GOOD PIECE HOYEGA JI PROPERLY DUPATTE DI FINISHING FABRIC EVERYTHING DIFFERENT DUPATTA VI PURE CHUNON SHIFON DA VA FOUR SIDE BORDERING KITI e GAYI AA YE AAYEGA SISTER JI APNA ARTICLE NUMBER 1 YE HOYEGA 17900 SISTER JI THIS IS A READY TO WEAR ARTICLE ਕੋਈ ਵੀ ਤੁਸੀਂ ਆਲਟਰੇਸ਼ਨ ਦੇ ਕੋਈ ਚਾਰਜ ਨਹੀਂ ਦੇਣੇ ਕੋਈ ਵੀ ਤੁਸੀਂ ਹੋਰ ਕੋਈ ਐਕਸਟਰਾ ਮਨੀ ਨਹੀਂ ਕਰਨੀ ਓਨਲੀ ਫੋਰ ਤੁਸੀਂ ਸੂਟ ਦਾ ਪ੍ਰਾਈਸ ਪਲੱਸ ਸ਼ਿਪਿੰਗ ਪ੍ਰਾਈਸ ਔਰ ਸ਼ਿਪਿੰਗ ਸਾਡੀ ਵਰਲਡ ਵਾਈਡ ਹੈ ਕਿਤੇ ਵੀ ਬੈਠ ਕੇ ਇੰਡੀਆ ਦੇ ਅੰਦਰ 2 ਤੋਂ 3 ਡੇਸ ਔਰ ਆਲ ਵਰਲਡ ਦੇ ਅੰਦਰ 4 ਤੋਂ 5 ਡੇਸ ਲੱਗਣਗੇ ਤੁਹਾਡੇ ਤੱਕ ਪਹੁੰਚਣ ਤੱਕ ਪੀਸਾ ਨੂੰ ਤੇ ਸਭ ਤੋਂ ਅਲਟੀਮੇਟ ਆਰਟੀਕਲ ਆ ਰਿਹਾ ਸਿਸਟਰ ਜੀ ਡਿਜ਼ਾਈਨਰ ਸਬਿਆ ਸਾਤੀ ਨਾਮ ਤੁਸੀਂ ਸੁਣਿਆ ਹੋਏਗਾ ਵੋਲਡ ਦੇ ਫੇਮਾ ਡਿਜ਼ਾਈਨਰ ਨੇ ਇਹ ਆਇਗਾ ਸ਼ੋਰਟ ਕੁੜਤੀ ਨਾਲ ਅੱਗੇ ਦੇ ਦੇ ਦਿਸਗੇ ਤਾਂ ਲਹਿੰਗਾ ਦੇਖਣ ਨੂੰ ਮਿਲ ਦੇ ਬਸ ਬਟ ਆ ਦੇਖੋ ਸਾਰਾ ਨੈਕਲਾਈਨ ਤੇ ਵੋਕ دبਕੇ ਨਕਸ਼ੀ ਦਾ ਇਹ ਆਇਗੀ ਸ਼ੋਰਟ ਕੁੜਤੀ ਔਰ ਨੀਚੇ ਆਇਗਾ ਜਾਫਾ ਸਿਸਟਰ ਜੀ ਅਗਰ ਤੁਸੀਂ ਜਾਫਾ ਨਹੀਂ ਵੇਅਰ ਕਰਨਾ ਤਾਂ ਤੁਸੀਂ ਇਹਨੂੰ ਕੱਟ ਨੂੰ ਬੰਦ ਕਰਕੇ ਨੀਚੇ ਸਕਰਟ ਵੀ ਬਣਵਾ ਸਕਦੇ ਹੋ ਬਟ ਡਿਜ਼ਾਈਨਰ ਵੱਲੋਂ ਜਾਫਾ ਨਾਲ ਦਿੱਤਾ ਗਿਆ 2 ਲੈਗਸ ਵਾਲਾ ਤੇ ਆਇਗਾ ਦੀ ਕਲਰ ਮੈਚਿੰਗ ਨੀਚੇ ਸ਼ੇਡਿੰਗ ਦੇ ਨਾਲ ਹੋਏਗਾ ਉੱਪਰ ਰਹੇਗਾ ਪ੍ਰੋਪਰ ਲਾਵੈਂਡਰ ਕਲਰ ਔਰ ਨੀਚੇ ਹੋਏਗਾ ਜੀ ਪ੍ਰੋਪਰ ਪੀਚੇ ਕੋਰਲ ਕਲਰ ਜੀ ਤੁਸੀਂ ਵਾਕ ਮੈਨਸ਼ਿਪ ਦੇਖ ਸਕਦੇ ਹੋ ਫਰੰਟ ਵੀ ਆ ਬੈਕ ਵੀ ਆ ਔਰ ਕੁਰਤੀ ਦੀ ਲੈਂਥ ਜਿਹੜੀ ਹੋਏਗੀ ਤਕਰੀਬਨ ਤਕਰੀਬਨ 22 ਤੋਂ 25 ਇੰਚ 22 ਇੰਚ ਦੀ ਕੁਰਤੀ ਹੋਏਗੀ ਔਰ نیچے ਹੈਗਾ ਜਾਫਾ ਪੂਰੇ ਵਾਕ ਵਾਲਾ ਔਰ ਆਏਗਾ ਜੀ ਬਹੁਤ ਹੀ ਸਮਾਰਟਲੀ ਦੁਪੱਟਾ ਤਾਂ ਸਿਸਟਰ ਜੀ ਵੀਡੀਓ ਨੂੰ ਯੂ ਸ਼ੇਅਰ ਕਰੋ ਕਿਉਂਕਿ ਅੱਜ ਦੀ ਵੀਡੀਓ ਆ ਬਹੁਤ ਹੀ ਅਲਟੀਮੇਟ ਯਾਨਕੀ ਇਹ ਵੀਡੀਓ ਲਾਸ ਤੱਕ ਬਨੇ ਰਹੋ ਇਹ ਸਾਰੇ ਸਿੰਗਲ ਸਿੰਗਲ ਆਰਟੀਕਲ ਆ ਰਹੇ ਉਸ ਤੋਂ ਬਾਅਦ ਤੁਹਾਨੂੰ ਹਰ ਆਰਟੀਕਲ 'ਚ ਤੁਹਾਨੂੰ ਕਲਰ ਦੇਖਣ ਨੂੰ ਮਿਲੇਗਾ ਇਹ ਆਏਗਾ ਸਿਸਟਰ ਜੀ ਸਾਡਾ ਦੁਪੱਟਾ ਬਹੁਤ ਹੀ ਪਿਆਰਾ ਹੋਏਗਾ ਆਰਟੀਕਲ ਨੰਬਰ 2 orange ਹੋਏਗੀ 36990 only 4 36990 ਔਰ ਇਹ ਸਾਰੇ ਆਰਟੀਕਲ ਹੋਣਗੇ ਪ੍ਰੋਪਰ ਰੈਡੀ ਟੂ ਵੇਅਰ ਤੇ ਨੈਕਸਟ ਆਰਟੀਕਲ ਆਏਗਾ ਸਾਡਾ ਚੈਂਪੀਨ ਗੋਲਡ ਯਾਨਕੀ ਆਈਵਰੀ ਕਲਰ ਦੀ ਸ਼ਰਟ ਹੋਏਗੀ ਇਹਦਾ ਜਿਹੜਾ ਕੰਬੀਨੇਸ਼ਨ ਹੈਗਾ ਬਹੁਤ ਹੀ ਪਿਆਰਾ ਲਾਈਟ ਗੋਲਡ ਨਾਲ ਜੀ ਔਰ ਤੁਸੀਂ ਵਾਦਾ ਸਭ ਤੋਂ ਪਿਆਰੇ ਦਾ ਵਰਕਮੈਨਸ਼ਿਪ ਦੇਖ ਸਕਦੇ ਹੋ ਇਹਦੇ ਤੋਂ ਤੁਹਾਨੂੰ ਲੈਦਰ ਦੇ ਇੱਕ ਵਰਕ ਦੇਖਣ ਨੂੰ ਮਿਲੇਗਾ ਪ੍ਰੋਪਰ ਔਰ ਰੀਜਨਲ ਮਿਰ ਦੇਖਣ ਨੂੰ ਮਿਲਣਗੇ ਔਰ ਇਹਦਾ ਫੈਬਰਿਕ ਹੋਏਗਾ ਪਿਓਰ ਬਨਾਰਸੀ ਉੱਪਰ ਪ੍ਰੋਪਰ ਵੀਵਿੰਗ ਵਾਲੀ ਬੂਟੀ ਵੀ ਹੋਏਗੀ ਔਰ ਆ ਆਏਗਾ ਸ਼ਾਰਾ ਸਿਸਟਰ ਸਕੈਲਪਿੰਗ ਵਾਲਾ ਬਾਰਡਰ ਹੈਗਾ ਵਾ ਤੇ ਇਹ ਹੈਗਾ ਜੀ ਸ਼ਾਰਾ ਬਣਿਆ ਹੋਇਆ ਪਿਓਰ ਬਨਾਰਸੀ ਫੈਬਰਿਕ ਦੇ ਉੱਪਰ ਔਰ ਇਹ ਪ੍ਰੋਪਰ ਹੈਵੀ ਦੇਖੋ ਪੂਰੀ ਸਕੈਲਪਿੰਗ ਬਹੁਤ ਪਿਆਰੀ ਕੀਤੀ ਗਈ ਆ ਆਏਗਾ ਜੀ ਨੈਕਲਾਈਨ ਔਰ ਹਰ ਆਰਟੀਕਲ ਦੇ ਨਾਲ ਕਿਸੇ ਨਾਲ ਬਾਜ਼ੂ ਲੱਗੇ ਹੋਣਗੇ ਅਗਰ ਕਿਸੇ ਨਾਲ ਬਾਜ਼ੂ ਨਹੀਂ ਲੱਗੇ ਹੋਏ ਤਾਂ ਟੈਨਸ਼ਨ ਲੈਣ ਦੀ ਲੋੜ ਨਹੀਂ ਹਰ ਆਰਟੀਕਲ ਦੇ ਨਾਲ ਤੁਹਾਨੂੰ ਬਾਜ਼ੂ ਮਿਲਣਗੇ ਪਲੱਸ ਵਾਕ ਬਾਲ ਜੀ ਆ ਦੇਖੋ ਬੈਗ ਦਾ ਕਿੰਨਾ ਪਿਆਰਾ ਸਟਾਈਲ ਹੈਗਾ ਵਾ ਪ੍ਰੋਪਰ ਬੈਗ ਤੇ neck line ਉੱਪਰ ਇਹਦਾ ਦੁਪੱਟਾ ਦਿਖਾ ਬਟੇ ਔਰ ਦੁਪੱਟਾ ਵੀ ਬਹੁਤ ਸ਼ਾਨਦਾਰ ਸਿਸਟਰ ਜੀ ਜਿਵੇਂ ਘਰ 'ਚ ਕੋਈ ਫੈਮਿਲੀ ਫੰਕਸ਼ਨ ਆ ਕੋਈ ਦੀ ਵੈਡਿੰਗ ਹੈਗੀ ਇਸ ਤਰ੍ਹਾਂ ਦੇ ਆਰਟੀਕਲ ਨੂੰ ਤੁਸੀਂ ਐਡ ਐਡ ਕਰ ਸਕਦੇ ਹੋ ਆਪਣੇ ਟ੍ਰੂਜ਼ੋ ਵਾਸਤੇ ਔਰ ਇਹਨਾਂ ਫੁੱਲ ਸਲੀਵਸ 하게 ਨਾਲ ਪ੍ਰੋਪਰ ਸੇਮ ਫੈਬਰਿਕ ਵਾਲੇ ਹੋਣਗੇ ਵਰਕ ਵਾਲੇ ਹੋਣਗੇ ਬਾਰਡਰ ਵੀ ਹੋਏਗਾ ਦੁਪੱਟਾ ਦੇਖ ਸਕਦੇ ਹੋ ਪ੍ਰੋਪਰ 4 ਸਾਈਡ ਪ੍ਰੋਪਰ ਕੱਚੇ ਗੋਟੇ ਦਾ ਵਰਕ ਦਿਸ ਇਜ਼ ਦਾ ਡਿਜ਼ਾਈਨਰ ਅਨੀਤਾ ਡੋਂਗਰੇ ਵਰਲਡ ਫੇਮਸ ਡਿਜ਼ਾਈਨਰ ਬ੍ਰਾਂਡ ਆਸੀ ਆਪਣੇ ਆਪ ਦੇ ਅੰਦਰ ਇਸੇ ਡਿਜ਼ਾਈਨਰ ਵੱਲੋਂ ਦੋ ਆਰਟੀਕਲ ਲਾਂਚ ਕੀਤੇ ਗਏ ਨੇ ਇਹ ਸਿਗਾ ਦਾ ਫਰਸਟ ਆਰਟੀਕਲ 29800 29960 ਓਨਲੀ ਫੋਰ ਇਹ ਸਿਗਾ ਸਾਡਾ ਡਿਜ਼ਾਈਨ ਨੰਬਰ 3 ਹੁਣ ਨੈਕਸਟ ਵਰਜ਼ਨ ਆਏਗਾ ਸਿਸਟਰ ਜੀ ਇਹ ਸਿਗਾ ਪ੍ਰੋਪਰ ਬਨਾਰਸੀ ਫੈਬਰਿਕ ਹੋਏ ਆਏਗਾ ਪਿਓਰ ਰੋਸ ਲੈਕਸਿਸਟਰ ਜੀ ਸਭ ਤੋਂ ਫਾਈਨ ਫੈਬਰਿਕ ਹੋਏਗਾ proper superior embroidery ਕੀਤੀ ਗਈ ਆ اور this is the designer Anita Dongre اور ਆਏਗਾ ਸਿਸਟਰ ਜੀ proper ਸ਼ਾਰਾ پورا ਫਲੇਰਿਸ਼ ਸ਼ਾਰਾ ਬਣਿਆ ਹੋਇਆ ਸਲੇ ਦੇ ਉੱਪਰ اور ਯੂਅਰ ਚੋਇਸ ਅਗਰ ਤੁਸੀਂ ਸ਼ਾਰਾ ਨਹੀਂ ਵੇਅਰ ਕਰਨਾ ਤਾਂ نیچے ਇਹਨੂੰ ਸਕਰਟ ਵੀ ਬਣਾ ਸਕਦੇ ਹੋ ਉਦੋਂ ਸਾਡੇ ਨੰਬਰਾਂ ਤੇ ਕੰਟੈਕਟ ਕਰੋਗੇ proper ਤੁਹਾਨੂੰ ਹਰ ਚੀਜ਼ ਦੀ ਫੀਡਬੈਕ ਮਿਲੇਗੀ اور ਇਹ ਆਏਗਾ ਜੀ ਸ਼ਾਰੇ ਉੱਪਰ ਸਾਰਾ ਵਰਕ ਸਭ ਤੋਂ ਪਹਿਲਾਂ ਤੁਸੀਂ ਦੇਖੋ ক্লোਜ਼-ਅਪ ਦੀ ਵਰਕ ਦੀ ਫਿਨਿਸ਼ਿੰਗ ਕਿੰਨੀ ਪਿਆਰੀ ਆ proper ਵਿੱਚ ਬਾਰਡਰ ਵੀ ਆ اور ਇਹ ਸ਼ਰਟ ਦਾ ਪੈਟਰਨ ਦੇਖੋ ਨਾ ਪੈਰਾ ਕੀ ਬਾਤ ਹੈ ਜੀ ਔਰ ਸਿਸਟਰ ਜੀ ਕੋਈ ਵੀ ਏਜ ਪਰਸਨ ਐਸਾ ਨਹੀਂ ਕਿ ਕਿਸੇ ਨੇ ਪਾ ਸਕਦੇ ਕਿਉਂਕਿ ਇਹਦਾ ਕੰਮ ਸੈਟਲ ਆ ਇਹਦੇ ਵਾਕ ਸੈਟਲ ਲਾਏ ਗਏ ਨੇ ਉਸ ਤੋਂ ਬਾਅਦ ਕਲਰ ਦੀ ਸੈਟਿੰਗ ਤੁਸੀਂ ਦੇਖ ਸਕਦੇ ਹੋ ਕਿੰਨਾ ਲਾਈਟ 골ਡ ਵਾਕ ਕੀਤਾ ਹੋਇਆ ਤੇ ਆਏਗਾ ਦੁਪੱਟਾ ਦੁਪੱਟਾ ਵੀ ਆਏਗਾ ਸਿਸਟਰ ਜੀ ਪਿਓਰ オーਰਗੈਂਜ਼ਾ ਦਾ ਫੋਰ ਸਾਈਡ ਬਾਰਡਰ ਆ ਪ੍ਰੋਪਰ ਮਿਰਰ ਵਾਕ ਕੀਤਾ ਗਿਆ ਵਾ ਕੱਚੇ ਕੋਟ ਦਾ ਵਾਕ ਕੀਤਾ ਗਿਆ ਟੋਟਲੀ ਹੈਂਡਵਰਕ ਇੱਕ ਵੀ ਟੰਕਾ ਮਸ਼ੀਨ ਦਾ ਨਹੀਂ ਮਿਲੇਗਾ ਤੁਹਾਨੂੰ ਪਲਸ ਲੈਦਰ ਵਾਕ ਵੀ ਆ ਗੋਟਾ ਬੱਤੀ ਵੀ ਆ ਔਰ ਉਸ ਤੋਂ ਬਾਅਦ ਡਿਜ਼ਾਈਨਰ ਦੇ ਨਾਲ ਪ੍ਰੋਪਰ オリジナル ਮੇਰਦਾ ਵਾਕ ਵੀ ਕੀਤਾ ਗਿਆ ਵਾ ਔਰ ਇਹ ਪਿਓਰ ਰੋਸ ਸ਼ਰਟ ਹੋਏਗੀ ਪ੍ਰੋਪਰ ਸ਼ਾਰਾ ਨਾਲ ਦੁਪੱਟਾ ਪਿਓਰ ਔਰਗੈਂਜ਼ਾ 27890 ਓਨਲੀ ਫੋਰ 7890 ਦੀ ਰੇਂਜ ਦੇ ਅੰਦਰ ਹੁਣ ਇਸ ਤੋਂ ਜਿਹੜੇ ਆਰਟੀਕਲ ਸਿਸਟਰ ਜੀ ਆਣਗੇ ਸਭ ਦੇ ਨਾਲ ਦੋ ਦੋ ਕਲਰ ਦਿਖਾਨਗੇ ਸਾਡੇ ਰਾਹੁਲ ਜੀ ਤੇ ਪਲਸ ਵਿਕਾਸ ਜੀ ਇਹ ਹੈਗਾ ਜੀ ਸ਼ਾਰਟ ਸ਼ਰਟ ਪ੍ਰੋਪਰ ਮਿਰਰ ਵਰਕ ਦੇ ਨਾਲ ਆਏਗਾ ਸਿਸਟਰ ਜੀ ਨਾਲ ਆਏਗਾ ਸਟੇਟ ਪੈਂਟ ਆਏਗੀ ਪ੍ਰੋਪਰ ਐਂਕਰ ਫਿਟ ਵਾਲੀ ਪੈਂਟ ਹੋਏਗੀ ਉਹਦੇ ਪਰ ਸਾਰਾ ਵਰਕ ਕੀਤਾ ਹੋਇਆ ਪਿਓਰ ਪਰਲ ਵਰਕ और शर्ट का पैटर्न जिसका प्योर कलासी शर्ट और गैजा के उपर वॉक है वा और उसके तो बाजू भी आने गए प्रोपर फुल स्लीवस के उपर और रिजनल मिररर हो गए और फरंट त वॉक आ बैक तो वॉक होएगा और कलर दोनों होने टोटली इंग्लिश स्टाइल के कलर और दप्टे भी नाल है ने। और सिस्टर जी नाल दप्टा भी होएगा शॉर्ट शर्ट एंकर फिट पेंट होएगी यह है जी कलर बहुत ही लाइट प्याजी कलर और दूसरा है यदि पर माउस कलर जी बड़े नाली शो कर दो हाँ बस इस तरह पकड़ लो ਹਲੋ ਆਏਗਾ ਸਿਸਟਰ ਜੀ ਸੈਕਿੰਡ ਕਲਰ ਆਏਗਾ ਪ੍ਰੋਪਰ ਔਰ ਇਹ ਦੇ ਦੁਪट्टे ਦੀ ਸੈਟਿੰਗ ਤੁਸੀਂ ਦੇਖ ਸਕਦੇ ਹੋ ਕਿੰਨੀ ਪਿਆਰੀ ਆ ਲਾਈਟ weight ਲੇਸਿਸ ਦਾ ਬਾਰਡਰ ਹੋਏਗਾ ਔਰ ਸੋਰੀ ਮੈਂ ਤੁਹਾਨੂੰ ਦਸਰਾ ਬੋਲ ਗਿਆ ਸਾਈਜ਼ ਤੁਹਾਨੂੰ ਮਿਲਣਗੇ 38 40 ਐਂਡ 42 ਤਿੰਨ ਸਾਈਜ਼ ਅਵੇਲੇਬਲ ਹੋਣਗੇ ਹਰ ਆਰਟੀਕਲ ਦੇ ਅੰਦਰ ਉਸ ਤੋਂ ਬਾਅਦ ਥੋੜਾ ਸਾਈਜ਼ 44 ਆ 46 ਆ 48 ਆ ਤੁਹਾਨੂੰ ਟੈਂਸ਼ਨ ਲੈਣ ਦੀ ਲੋੜ ਨਹੀਂ ਤਾਂ ਤੁਹਾਨੂੰ ਅਸੀਂ ਕਰਕੇ ਦਵਾਂਗੇ ਆਰਡਰ ਤੇ ਉੱਪਰ ਔਰ ਜੇ ਤੁਹਾਨੂੰ ਚਾਹੀਦੇ 20 ਤੋਂ 25 ਡੇਸ ਇਹ ਆਏਗਾ ਜੀ ਆਰਟੀਕਲ ਨੰਬਰ ਸਿਸਟਰ ਜੀ 5 ਔਰ ਰੇਂਜ ਹੋਏਗੀ 21360 ओनली फॉर 21360 ਦੀ ਰੇਂਜ ਆਏਗਾ ਜੀ ਪਿਓਰ ਪੋਲ ਵਾਕ ਔਰ ਦਿਸ ਆ ਇੰਪੋਰਟ ਫੈਬਰਿਕ ਹੋਏਗਾ ਔਰ ਗੈਂਜ਼ਾ ਫੈਬਰਿਕ ਹੋਣ ਆਏਗਾ ਜੀ ਸਾਰਾ ਨੈਕਸਟ ਆਰਟੀਕਲ ਇਹ ਵੀ ਆਏਗਾ ਸਿਸਟਰ ਜੀ ਸਟੇਟ ਪਲਾਜ਼ੋ ਪੈਂਟ ਸਟਾਈਲ ਜੀ ਯਾਨੀ ਕਿ ਐਂਕਰ ਫਿਟ ਪੈਂਟ ਨਹੀਂ ਹੋਏਗੀ ਪੁਲਕਾ ਜਾ ਫਲੇਅਰ ਹੋਏਗਾ ਤੇ ਬਹੁਤ ਇਹਦਾ ਵਾਕਮੈਨਸ਼ਿਪ ਬਹੁਤ ਹੀ ਪਿਆਰੀਆ ਥਿਸ ਇਜ਼ ਅ ਪਿਓਰ ਫੈਬਰਿਕ ਹੋਏਗਾ 60 ਗ੍ਰਾਮ ਜੋੜ ਦਾ ਫੈਬਰਿਕ ਆ ਇਹ ਹੈਗਾ ਸਿਸਟਰ ਜੀ ਪਲਾਜ਼ੋ ਟਾਈਪ ਪੈਂਟ ਜਨਨ ਕਿ ਬਹੁਤ ਟਾਈਟ ਫਿਟਿੰਗ ਨਹੀਂ ਹੋਏਗੀ ਬਹੁਤ ਲੂਸ ਪਲਾਜ਼ੋ ਨਹੀਂ ਹੋਏਗਾ ਔਰ ਇਹਦਾ ਕਲਰ ਹੀ ਬੜਾ ਪਿਆਰਾ ਲਾਈਟ ਚੈਂਪੀਨ 골ਡ ਕਲਰ ਆ ਦੇਖੋ ਇਹਦਾ ਫੈਬਰਿਕ ਕਿੰਨਾ ਪਿਆਰਾ ਵਾ ਪ੍ਰੋਪਰ ਇਹਦਾ ਸੈਟਲ ਐਮਬ੍ਰੋਇਡਰੀ ਆ ਫਰੰਟ ਵੀ ਆ ਬੈਕ ਵੀ ਹੈਗਾ ਵਾ ਇਹਦੇ ਅੰਦਰ ਵੀ ਤੁਹਾਨੂੰ ਦੋ ਕਲਰ ਦੇਖਣ ਨੂੰ ਮਿਲਣਗੇ ਬਹੁਤ ਹੀ ਪਿਆਰੇ ਤਾਂ ਸਿਸਟਰ ਜੀ ਦਮਨ ਪ੍ਰੀਤਕੌਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਔਰ ਸਸਤਾ ਜੀ ਵੀਡੀਓ ਨੂੰ ਦਬਾ ਕੇ ਸ਼ੇਅਰ ਕਰੋ ਕਿ ਇਹ ਵੀਡੀਓ ਆਪਣੀ ਹਰ ਪਰਸਨ ਤੱਕ ਪਹੁੰਚ ਸਕੇ ਆ ਆ ਸਗਾ ਸਸਤੀ ਨਾਲ ਦੁਪੱਟਾ ਦੁਪੱਟੇ ਦੀ ਤੁਸੀਂ ਦੇਖ ਸਕਦੇ ਹੋ ਫਿਨਿਸ਼ਿੰਗ ਇਹਦੀ ਬਾਰਡਰਿੰਗ ਪਿਓਰ ਜਪਾਨੀ ਸਟਾਈਲ ਦਾ ਦੁਪੱਟਾ ਹੋਏਗਾ ਇੱਕ ਆਏਗਾ ਸਸਤਾ ਜੀ ਸ਼ੈਂਪੀਨ ਗੋਲ ਕਲਰ ਔਰ ਨੈਕਸਟ ਹੋਏਗਾ ਸਾਡਾ ਚਾਰਕੋਲ ਗ੍ਰੇ ਕਲਰ ਜੀ ਕੀ ਆ ਬਾਤ ਹੈ ਜੀ ਦੋਨਾਂ ਦੀ ਕਲਰ ਦੀ ਫਿਨਿਸ਼ਿੰਗ एवरीथिंग ਡਿਫਰెంట్ ਔਰ ਇਹ ਆਏਗਾ ਜਿਹ ਤਰ੍ਹਾਂ ਡਿਜ਼ਾਈਨ ਨੰਬਰ ਹੋਏਗਾ 6 ਓ ਕਿਆ ਬਾਤ ਸਸਤਾ ਜੀ ਰੇਂਜ ਬਹੁਤ ਇਸਰਵਲ ਲੱਗਿਆ स्टिचिंग ਤੁਹਾਨੂੰ ਪਤਾ ਇਨਕਲੂਡਡ ਹੈ ਕਿ ਕੋਈ ਐਕਸਟਰਾ ਤੁਜੀ ਪੇ ਨਹੀਂ ਕਰਨਾ ਨਹੀਂ ਤਾਂ ਇਸ ਦਾ ਸੂਟ ਦੀ ਸਟਿਚਿੰਗ ਨਹੀਂ ਹੁੰਦੀ ਹੈ तकरीबन 2000 ਤੋਂ 2500 ਸਟਿਚਿੰਗ ਹੁੰਦੀ ਆ ਬਟ ਦਿਸ ਇਸ ਸਾਰੇ ਰੈਡੀ ਟੂ ਵੀਅਰ ਆਰਟੀਕਲ 13780 ਦੀ ਰੇਂਜ ਦੇ ਅੰਦਰ ਜੀ 13780 ਓਨਲੀ ਫੋਰ ਔਰ ਬੇਟੇ ਇਹਦਾ ਦਿਖਾ ਦੇ ਕੱਢ ਕੇ ਇਸ਼ਾਰਾ ਸਿਸਟਰ ਜੀ ਸਾਡਾ ਬਹੁਤ ਹੀ ਫੇਮਾ ਡਿਜ਼ਾਈਨਰ ਸਿਸ ਜੀ ਬਗਲ ਕਰੀਏ ਆਫਲਾਈਨ ਐਂਡ ਆਨਲਾਈਨ ਦੋਨਾਂ ਪਾਸੇ ਦੀ ਬਹੁਤ ਅੱਛੀ ਪੂਰੀ ਅੱਛੀ ਸੇਲ ਆ ਤੇ ਆ ਨੀਚੇ ਸਿਸਟਰ ਜੀ ਇਹਦੇ ਉੱਪਰ ਬਾਰਡਰ ਕੀਤਾ ਗਿਆ ਬਸ ਸਟੇਟ ਪੈਂਟ ਹੈਗੀ ਆ ਉਹਦੇ ਉੱਪਰ ਆਈਗਾ ਜੀ ਅਨਾਰਕਲੀ ਜੀ ਇਹ ਥੋੜੇ ਆਨਲਾਈਨ ਸਾਈਜ਼ ਅਕੋਰਡਿੰਗ ਤੁਹਾਨੂੰ ਕਰਕੇ ਦੇਵਾਂਗੇ ਰੈਡੀ ਤੁਸੀਂ ਸੈਂਡ ਕੀ ਕਰਨਾ ਆਪਣੀ ਹਾਈਟ ਚਸਟ ਵੇਸਟ ਔਰ ਪ੍ਰੋਪਰ ਥੋੜੇ ਸਾਈਜ਼ ਅਕੋਰਡਿੰਗ ਪ੍ਰੋਪਰ ਹੋ ਗਿਆ ਜਾਏਗਾ ਅਲਟਰੇਸ਼ਨ ਫ੍ਰੀ ਔਰ ਕੋਸਟ ਕੋਈ ਵੀ ਐਕਸਟਰਾ ਚਾਰजेस ਨਹੀਂ ਹੋਣਗੇ ਆਏਗਾ ਸਿਸਟਰ ਜੀ ਦੇ ਬਾਜ਼ੂ ਦਾ ਪੈਟਰਨ ਔਰ ਇਹ ਦੁਪੱਟਾ ਇਹਦਾ ਬਹੁਤ ਕਲਾਸੀ ਹੋਏਗਾ ਜੀ ਇਹ ਆਏਗਾ ਜੀ 60 ਗ੍ਰਾਮ ਦਾ ਫੈਬਰਿਕ ਆ ਪ੍ਰੋਪਰ ਬਨਾਰਸੀ ਅਨਾਰਕਲੀ ਨਾਲ ਸਟੇਟ ਪੈਂਟ ਹੋਏਗੀ ਔਰ ਦੁਪੱਟਾ ਕੀ ਬਾਤ ਹੈ ਦੋਨੇ ਕਲਰ ਬੜੇ ਪਿਆਰੇ ਸਿਸਟਰ ਜੀ ਫਸਟ ਟਾਈਮ ਇੰਟਰੋਡਿਊਸ ਹੋਏ ਨੇ orange ਕਲਰ ਐਂਡ ਥਿਸ ਇਜ਼ ਦਾ ਆਈਵਰੀ ਕਲਰ ਜੀ ਆ ਦੇਖੋ ਦੁਪੱਟਾ ਕਿੰਨਾ ਪਿਆਰਾ ਸਿਸਟਰ ਜੀ ਦਾ ਕੀ ਬਾਤ ਹੈ ਇੱਜ ਕੋਈ ਯੋਗ ਨਹੀਂ ਹੈਗਾ ਅਲਕੋ ਜਿਸ ਗਾ ਸਤਰੀ ਜਮਨ ਰਸਟ ਕਲਰ ਜੀ ਔਰ ਇਹ ਆਇਗਾ ਸਾਡਾ ਆਈਵਰੀ ਕਲਰ ਜਿਹਨੂੰ ਅਸੀਂ ਬੋਲਦੇ ਐਗ ਵਾਈਟ ਕਲਰ ਪ੍ਰੋਪਰੀ ਬਹੁਤ ਹੀ ਦੋਨਾਂ ਦੀ ਫਿਨਿਸ਼ਿੰਗ ਇਹਦੀ ਐਦਾ ਫੈਬਰਿਕ ਹਰ ਚੀਜ਼ ਡਿਫਰੈਂਟ ਲੱਗਿਆ ਬਟ ਦਬਟਗਰੀ ਮਾਡਮਰੇ ਰਾਹੁਲ ਆਲੋ ਆਇਗਾ ਦਿਸ ਸਤਰੀ ਦਬੱਟੇ ਦੀ ਸੈਟਿੰਗ ਇਹਦੀ ਵੀਵਿੰਗ ਦਾ ਸਟਾਈਲ ਓਹ ਕੀ ਬਾਤ ਹੈ ਜੀ ਦੋਨੇ ਕਲਰ ਬਹੁਤ ਪਿਆਰੇ ਨੇ ਤੁਸੀਂ ਕੋਈ ਵੀ ਬਾਈਕ ਕਰਨਾ ਵਾ ਉਹਦੇ ਪਿੱਕ ਕਰਕੇ ਸਾਡੇ ਨੰਬਰਾਂ ਤੇ ਕਰੋ WhatsApp ਇਹ ਤੁਹਾਨੂੰ ਮਿਲੇਗਾ 2 ਤੋਂ 3 ਡੇਸ ਇੰਡੀਆ ਦੇ ਅੰਦਰ ਔਰ 4 ਤੋਂ 5 ਡੇਸ ਪੂਰੇ ਆਲ ਵਰਲਡ ਦੇ ਅੰਦਰ ਜੀ ਇਹਦਾ ਆਰਟੀਕਲ ਨੰਬਰ 7 ਔਰ ਰੇਂਜ ਹੋਏਗੀ 12550 ਦੀ ਰੇਂਜ ਅੰਦਰ ਜਣੀ 10550 ਓਨਲੀ ਫੋਰ ਔਰ ਨੈਕਸਟ ਆਰਟੀਕਲ ਹੈਗਾ ਜੀ ਸਾਡਾ ਪਾਕਿਸਤਾਨੀ ਜਾਫੇ ਦੇ ਨਾਲ ਸਾਰਾ ਬਹੁਤ ਹੀ ਇਹ ਵੀ ਡਿਜ਼ਾਈਨ ਹੈ ਸਿਸਟਰ ਜੀ ਸੈਕਿੰਡ ਟਾਈਮ ਰਿਪੀਟ ਕਰ ਰਹੇ ਆ ਅਸੀਂ ਆਪਣੀ ਫੈਸੂ ਫੈਮਿਲੀ ਦੇ ਉੱਪਰ ਹੋਰੀ ਆਇਗਾ ਜੀ ਸ਼ੋਰਟ ਸ਼ੇਅਰ ਦੇ ਨਾਲ ਸਾਰਾ ਵਾਕ ਦੇਖ ਸਕਦੇ ਹੋ यदि पर कि क्लीन वॉक किया गया थ्रेड वॉक मल्टी हेड का वॉक होएगा जिसका मस्टर्ड कलर जी और नीचे पूरा कलिया वाला शारा बनया पूरा फ्लेरी कोई ऐसी गल नहीं कि फ्लेयर घट अच्छा फ्लेयर होएगा बैक से जिपर भी आ डोरी भी होएगा प्रॉपर टसर दो कलर डिजाइनर वालों लॉन्च किया गया जिसका डिजाइनर रीतू कुमार तो नाम सुने प्रोपर बाजू भी नाल ने और दबट्टे की विरथ बड़ी अच्छी है देखो जी क्या बात है दुपट्टा भी होएगा सिस्टर जी प्रोपर मोडिफाई फोर साइड बॉर्डर ਆ ਪ੍ਰੋਪਰ ਟਸਦੀ ਸੈਟਿੰਗ ਦੇਖ ਸਕਦੇ ਹੋ ਕਿੰਨੀ ਪਿਆਰੀ ਆ ਔਰ ਇਹਦੇ ਅੰਦਰ ਤੁਹਾਨੂੰ ਮਸਟਰਡ ਕਲਰ ਐਂਡ ਥਿਸ ਆ ਮੋਵਿਸ਼ ਪਿੰਕ ਕਲਰ ਜੀ ਵੈਰੀ ਨਾਈਸ ਥਿਸ ਆ ਟੂ ਨੇ ਕਲਰ ਬਹੁਤ ਹੀ ਪਿਆਰੀ ਨੇ ਸਾਈਜ਼ਸ ਤਿੰਨ ਤਿੰਨ ਅਵੇਲੇਬਲ ਨੇ 38 40 ਐਂਡ 42 ਤੁਸੀਂ ਕੋਈ ਵੀ ਸਾਈਜ਼ ਕਰਨਾ ਹੋਵੇ ਜਸਟ ਵੇਸ ਟੇਪ ਤੁਹਾਡੀ ਹਾਈਟ ਸਾਢੇ ਨੰਬਰਾਂ ਦੇ ਕਰੋ ਟਿਕ ਕਰਕੇ WhatsApp ਔਰ ਆਪਣਾ ਕਰੋ ਆਰਡਰ ਪਲੇਸ ਥਿਸ ਆ ਹਰੀ ਆਪ ਲਿਮਿਟਡ ਸਟਾਕ ਹੈਗਾ ਕੋਈ ਓਵਰ ਮਾਲ ਨਹੀਂ ਹੋਏਗਾ ਕਿਉਂਕਿ ਦਿਸ ਇਜ਼ ਦਾ ਰਾਇਲ ਐਂਡ ਡਿਜ਼ਾਈਨਰ ਆਰਟੀਕਲ ਨੇ ਆਰਟੀਕਲ ਨੰਬਰ 7 12 550 ਪਹਿਲੇ 7 ਵਾਲਾ ਆਰਟੀਕਲ ਨਹੀਂ ਸੀਗਾ ਮੇਰੇ ਚੱਕਾ ਲਿਆ ਇਹ ਰੇਟ ਚੱਕਰ ਬਟੇ ਕਿਉਂਕਿ ਪਹਿਲਾਂ ਆਪਾਂ 16 ਜਾਂਦੇ ਵਿੱਚ ਹੈ ਬਟੇ ਚੱਕਾ ਉਹਨੇ ਕੋਈ ਰੇਟ ਚੱਕਰਿਓ ਤੇ ਇਕ ਰੇਟ ਚੈੱਕ ਕਰ ਰਹੇ ਆ ਥੋੜੀ ਕਨਫਿਊਜ਼ਿੰਗ ਹੋ ਗਈ ਆ ਆਪਣੇ ਰਾਹੁਲ ਜੀ ਨੂੰ ਆ ਬਟੇ ਦੂਜਾ 8 ਨੰਬਰ ਕੋਈ 8 ਪਹਿਲਾਂ ਤਾਂ ਮੈਂ ਬੋਲ ਕੇ ਦਿਆ ਨਾ 8 ਨੰਬਰ ਆਰਟੀਕਲ ਕਿੰਨੇ ਦਾ अच्छा सेम सेम है ठीक है 12550 दी रेंज अगर सिस्टर जी राहुल जी ठीक ਸੀਗੇ ਤੇ ਮੈਂ ਗਲਤ ਸੀਗਾ ਕਿਉਂਕਿ ਪਹਿਲਾਂ ਅਸੀਂ 14500 ਸੇਲ ਕੀਤਾ ਵਾ ਬਟ ਹੁਣ 2000 ਕੱਟ ਕੇ ਆਇਆ ਵਾ ਹੁਣ ਹੈਗਾ ਜੀ 12550 ਦੀ ਰੇਂਜ ਦੇ ਅੰਦਰ ਜੀ ਤੇ ਹੁਣ ਦਿਖਾਓ ਨੈਕਸਟ ਆਰਟੀਕਲ ਦਿਖਾਓ ਰਾਹੁਲ ਜੀ ਤੁਸੀਂ ਸਹੀ ਸੀ ਮੈਂ ਗਲਤ ਸੀਗਾ ਕਿਉਂਕਿ ਮੈਨੂੰ ਪਤਾ ਨਹੀਂ ਸੀ ਰੈਟ ਕੱਟ ਕੇ ਆਇਆ ਵਾ ਕਿ ਅਸੀਂ ਪਹਿਲਾਂ ਸਿਸਟਰ ਜੀ ਕਰਦੇ ਰਹੇ ਹਾਂ ਸੇਲ 14000 ਦਾ ਤੇ ਹੁਣ ਆਇਆ ਜੀ 12550 ਔਰ ਨੈਕਸਟ ਆਰਟੀਕਲ ਆਏਗਾ ਜੀ ਸਾਡਾ ਬਹੁਤ ਹੀ ਪਿਆਰਾ ਕਲੀਆਂ ਵਾਲਾ ਸ਼ਾਰਾ ਥਿਸ ਇਜ਼ ਅ ਰਬ ਰਜ਼ੀਆ ਖਾਨ ਬੁਟੀਕ ਲਾਹੌਰ ਇਹ ਪਾਕਿਸਤਾਨੀ ਸਟਾਈਲ ਆਗਾ ਸਿਸਟਰ ਦੀ ਸ਼ਾਰਟ ਸ਼ਰਟ ਦੇ ਨਾਲ ਪ੍ਰੋਪਰ ਵਾਕ ਵਾਲਾ ਟੋਟਲ ਮਿਰ ਦਾ ਵਾਕ ਕੀਤਾ ਹੈ ਪ੍ਰੋਪਰ ਅਨੀਅਨ ਪਿਆਜ਼ੀ ਕਲਰ ਹੋਏਗਾ ਸ਼ਾਰਟ ਸ਼ਰਟ ਹੈ ਕੀਆ ਔਰ ਇਹਦੇ ਪਤੋਂ ਦੇਖਣ ਨੂੰ ਮਿਲੇਗਾ ਟੋਟਲੀ origignal ਮਿਰ ਦਾ ਵਾਕ ਸਰ ਜੀ ਵੀ ਬੈਕ ਕਰਿਓ ਬੈਕ ਦੀ ਲੁੱਕ ਬਹੁਤ ਸੋਹਣੀ ਹੈ ਕੀਆ ਔਰ ਬੈਕ ਤੇ ਨੈਕ ਲਾਈਨ ਬਹੁਤ ਪਿਆਰਾ ਬਣਿਆ ਹੈ ਬੈਕ ਤੇ ਡੋਰੀ ਵੀ ਆ ਟਸਸ ਵੀ ਨੇ ਔਰ ਦੁਪੱਟਾ ਆਏਗਾ ਜੀ ਪਿਓਰ ਜਿਨਾਂ ਜਿਵੰਦਾ ਤੇ ਇਹ ਦੁਪੱਟਾ ਤੁਸੀਂ ਦੇਖ ਸਕਦੇ ਹੋ ਕਿੰਨੀ ਸੈਟਿੰਗ ਦੇ ਨਾਲ ਇਹਦੀ ਫਿਨਿਸ਼ਿੰਗ ਜਾਨੇ ਕਿ ਇੱਕ ਇੱਕ ਟਾਂਕਾ ਤੁਸੀਂ ਦੇਖ ਸਕਦੇ ਹੋ ਕਿੰਨੀ ਸਫਾਈ ਦੇ ਨਾਲ ਮੈਂ ਉਹਨੂੰ ਖੜਾ ਹੋ ਗਿਆ ਮੈਂ ਤੁਹਾਨੂੰ ਦਿਖਾਵਾਂ ਥੋੜਾ ਦੂਰੋਂ ਲੁੱਕ ਇਦਾਂ ਦੀ ਆਂਦੀ ਆ ਔਰ ਸੈਕਿੰਡ ਕਲਰ ਦਿਖਾਨ ਕੇ ਥੋੜੇ ਰਾਹੁਲ ਜੀ ਔਰ ਇਹ ਆਏਗਾ ਜੀ ਬਹੁਤ ਹੀ ਪਿਆਰਾ ਕਲਰ ਲਾਈਟ ਸੀਗ੍ਰੀਨ ਕਲਰ ਇੱਕ ਅਗਰ ਸਿਚਰ ਜੀ ਲਾਈਟ ਪਿਆਜ਼ੀ ਕਲਰ ਦੇਖੋ ਇਹਗਾ ਲਾਈਟ ਸੀ ਗ੍ਰੀਨ ਕਲਰ ਜੀ ਦੋਨਾਂ ਦੀ ਕਲਰ ਦੀ ਲੁੱਕ ਦੇਖ ਸਕਦੇ ਹੋ ਪਹਿਲਾਂ ਮੈਂ ਦਿਖਾਵਾਂਗਾ ਥੋੜਾ ਦੂਰੋਂ ਫਿਰ ਦਿਖਾਵਾਂਗਾ ਥੋੜਾ ਜਿਹਾ ক্লোਜ਼ ਜ਼ਾ ਕੇ ਦੇਖੋ ਸਿਸਟਰ ਜੀ 컬러 ਲੁੱਕ ਦੇਖੋ ਪ੍ਰੋਪਰਸ ਜੋਰਦਾ ਫੈਬਰਿਕਾ ਦਬੱਟੇ ਚਨੌਨ ਸ਼ਿਫੋਨ ਦੇ ਨੇ ਔਰ ਇਹ ਆਏਗਾ ਸਿਸਟਰ ਜੀ ਮੇਰਾ ਆਰਟੀਕਲ ਨੰਬਰ ਕਿੰਨਾ ਬਟੇ ਓਹੋ ਬਟੇ ਕਨਫਿਊਜ਼ ਹੋਇਆ ਦੋਸ ਕੀ ਗੱਲ ਚਾਣੀ ਬਿੱਤੀ ਆਹ ਲੋ ਜੀ ਇਹ ਆਏਗਾ ਸਿਸਟਰ ਜੀ ਡਿਜ਼ਾਈਨ ਨੰਬਰ 9 ਰੇਂਜ ਹੋਏਗੀ 21480 ਓਨਲੀ 4 21480 ਕੋਈ ਵੀ ਐਕਸਟਰਾ ਚਾਰजेस ਨਹੀਂ ਹੋਣਗੇ ਮੈਂ ਤੁਹਾਨੂੰ ਬਾਬਾ ਦੱਸ ਰਿਹਾ ਮਾਂ ਸਿਰਫ ਤੁਸੀਂ ਆਪਣੇ ਸ਼ਿਪਿੰਗ ਦੇ ਪ੍ਰਾਈਸ ਔਰ ਸ਼ਿਪਿੰਗ ਤੁਸ ਜਿਸ ਨਾਮਾ ਕਿੱਥੇ ਕਰਨੀ ਆ ਇੰਡੀਆ ਚ ਕਰਨੀ ਆ ਜਾਂ ਇੰਡੀਆ ਤੋਂ ਬਾਹਰ ਕਰਨੀ ਆ ਤਾਂ ਉਮੀਦ ਕਰਦਾ ਆ ਜਿਹੜੀ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਅੱਛੀ ਲੱਗੀ ਹੋਏਗੀ ਤਾਂ ਸਿਸਟਰ ਜੀ ਪਲੀਜ਼ ਆਪਣਾ ਆਰਡਰ ਕਰੋ ਪਲੀਜ਼ ਔਰ ਇਹ ਆਏਗਾ ਜੀ ਸਾਡਾ ਪਾਕਿਸਤਾਨੀ ਇਹ ਅਸੀਂ ਇਸੇ ਵੀਕ ਚ ਸੈਕਿੰਡ ਟਾਈਮ ਰਿਪੀਟ ਕਰ ਰਹੇ ਆ ਡਿਜ਼ਾਈਨ ਕਿਉਂਕਿ ਇਸ ਡਿਜ਼ਾਈਨ ਦੀ ਬਹੁਤ ਹੀ ਡਿਮਾਂਡ ਹੈਗੀ ਆ ਥਿਸ ਇਜ਼ ਅ ਪੈਪਲਮ ਸਟਾਈਲ ਪਾਕਿਸਤਾਨੀ ਗਰਾਰਾ ਬਣਿਆ ਆ ਪ੍ਰੋਪਰ ਥਾਈਸੋ ਫਿਟਿੰਗ ਹੋਏਗੀ ਔਰ ਹੋਏਗਾ ਸਾਰਾ ਪੌਲ ਵਾਕ ਕੰਮ ਦੇਖੋ ਸਿਸਟਰ ਜੀ ਦਾ ਪ੍ਰੋਪਰ ਫੁੱਲ ਸਲੀਵਸ ਦੇ ਵਰਕ ਹੋਏਗਾ ਜੀ ਇਹਦੇ ਥਾਈਸ ਦੇ ਵਰਕ ਆ ਪ੍ਰੋਪਰ ਇਹਦੇ ਪ੍ਰੋਪਰ ਫਿਟਿੰਗ ਵਾਲਾ ਸ਼ਾਗਰਾਰਾ ਬਣਿਆ ਹੋਇਆ ਵਾ ਔਰ ਦੁਪੱਟਾ ਵੀ ਚਨੌਨ ਸ਼ਿਫੋਨ ਦਾ ਔਰ ਇਹਦੇ ਚ ਵੀ ਦੋ ਕਲਰ ਨੇ ਸਿਸਟਰ ਜੀ ਸੈਕਿੰਡ ਕਲਰ ਹੋਏਗਾ ਇੱਕ ਹੈਗਾ ਲਵੈਂਡਰ ਕਲਰ ਪਿਓਰ ਚਨੌਨ ਦਾ ਔਰ ਸੈਕਿੰਡ ਕਲਰ ਆਏਗਾ ਸਿਸਟਰ ਜੀ ਲਾਈਟ ਸੀ ਗ੍ਰੀਨ ਕਲਰ ਜੀ ਕੀ ਬਾਤ ਹੈ ਦੇਖ ਸੰ ਦੁਪੱਟੇ ਚੁਣੋਂਦੇ ਨੇ ਸ਼ਰਟ ਦੇ ਚੁਣੋਂਦਾ ਫੈਬਰਿਕ ਆ ਇਹਦਾ ਪਾਕਿਸਤਾਨੀ ਗਰਾਰਾ ਦੋ ਕਲਰ ਲਾਂਚ ਕੀਤੇ ਗਏ ਨੇ ਸੈਕਿੰਡ ਟਾਈਮ ਰਿਪੀਟ ਕਰਕੇ ਇੰਨੀ ਅੱਛੀ ਡਿਮਾਂਡ ਹੋਣ ਦੇ ਕਾਰਨ ਦੁਬਾਰਾ ਰਿਪੀਟ ਚ ਆਇਆ ਡਿਜ਼ਾਈਨ ਸੱਚਾ ਜਾਏ ਇਹ ਹੈਗਾ ਜੀ ਡਿਜ਼ਾਈਨ ਨੰਬਰ 17 ਸੌਰੀ ਡਿਜ਼ਾਈਨ ਨੰਬਰ 10 ਔਰ ਰੇਂਜ ਹੋਏਗੀ 17200 17200 ਓਨਲੀ ਫੋਰ ਔਰ ਸਿਸਟਰ ਜੀ ਕਲਰ ਕਲਰ ਤੇ ਕਰੋ ਟੈਕ ਔਰ ਆਪਣਾ ਕਰੋ ਸਾਈਜ਼ WhatsApp ਔਰ ਸ਼ਿਪਿੰਗ ਸਾਡੀ ਵਰਲਡਵਾਈਡ ਕਿਤੇ ਵੀ ਬੈਠ ਕੇ ਕਰੋ ਆਰਡਰ ਪਲੇਸ ਔਰ ਤੁਸੀਂ ਜਾਣਦੇ ਹੋ ਕਿ ਬਲਵੀ ਸਟੋਰ ਦਾ ਬ੍ਰਾਂਡ ਸਟੂਡੀਓ ਅਗਰ ਤੁਸੀਂ ਹਜੇ ਤੱਕ ਵਿਜ਼ਿਟ ਨਹੀਂ ਕੀਤਾ ਤਾਂ ਇੱਕ ਵਾਰੀ ਜ਼ਰੂਰ ਕਰੋ ਵਿਜ਼ਿਟ ਸ਼ਾਪ ਦੇ ਉੱਪਰ ਕਿਸੇ ਕਾਰਨ ਤੁਸੀਂ ਇੰਡੀਆ ਨਹੀਂ ਆ پا ਰਹੇ ਜਾਂ ਇੰਡੀਆ ਰਹਿ ਕੇ ਲੁਧਿਆਣਾ ਪੰਜਾਬ ਨਹੀਂ ਆ ਬਾਰੇ ਤਾਂ ਟੈਨਸ਼ਨ ਲੈਣ ਦੀ ਲੋੜ ਨਹੀਂ ਅਸੀਂ ਤਾਂ ਤਿੰਨ ਚਾਰ ਵੀਡੀਓ ਰੋਜ਼ ਅਪਲੋਡ ਕਰਦੇ ਹਾਂ ਤੁਸੀਂ ਘਰੇ ਬੈਠ ਕੇ ਆਪਣੇ ਫੈਮਿਲੀ ਨਾਲ ਕਰ ਸਕਦੇ ਹੋ ਸ਼ਾਪਿੰਗ ਮੈਰਿਜ ਦੀ ਤੇ ਇੱਕ ਆਏਗਾ ਸੀ ਬਹੁਤ ਹੀ ਪਿਆਰਾ ਪਿਓਰ ਔਰਗੈਂਜ਼ਾ ਹੋਰ ਸਾਡਾ ਆਏਗਾ ਡਿਜ਼ਾਈਨ ਆਏਗਾ ਬਹੁਤ ਹੀ ਸ਼ਾਨਦਾਰ ਹੋਏਗਾ ਸੀਮਾ ਗੁਜਰਾਲ ਆਏਗਾ ਸਿਸਟਰ ਜੀ ਬਾਜੂ ਦਾ ਪੈਟਰਨ ਪ੍ਰੋਪਰ ਕੱਬ ਬਨੇ ਹੋਏ ਨੇ ਸਾਰਾ ਪ੍ਰੋਪਰ ਉਪਰੋਂ ਕਲੀਆਂ ਸਟਾਰ ਨੇ ਸੈਂਟਰ ਚ ਕੱਟ ਹੋਏਗਾ ਸਾਰਾ ਪੌਲ ਵੋਕ ਔਰ ਇਹ ਆਏਗਾ ਜੀ ਸਟੇਟ ਪੈਂਟ ਤੇ ਵੋਕ ਪ੍ਰੋਪਰ ਬਾਰਡਰ ਬਨੇ ਹੋਇਆ ਵਾ ਔਰ ਇਹ ਪਰਲ ਦੀ ਸੈਟਿੰਗ ਬਹੁਤ ਪਿਆਰੀ ਆ ਕੰਮ ਦੇਖੋ ਜੀ ਕਿੰਨਾ ਪਿਆਰਾ ਦਾ ਹੋਰ ਇਹਦੀ ਫਿਟਿੰਗ ਸਿਸਟਰ ਜੀ ਹਰ ਆਰਟੀਕਲ ਦੇਖੋ ਕਿਉਂਕਿ ਕੋਈ ਵੀ ਗਰਲਸ ਆ ਲੇਡੀਜ਼ ਆ ਸਭ ਦੀ ਫਸਟ ਡਿਮਾਂਡ ਕਿ ਉਹਨਾਂ ਕਹਿੰਦੇ ਮੈਨੂੰ ਫਿਟਿੰਗ ਬਹੁਤ ਪਿਆਰੀ ਆਣੀ ਚਾਹੀਦੀ ਤੇ ਫਿਟਿੰਗ ਆਏਗੀ ਬਹੁਤ ਹੀ ਜ਼ਬਰਦਸਤ ਆ ਦੇਖੋ ਦਬੱਟੇ ਦਾ ਪੈਟਰਨ ਕਿੰਨਾ ਪਿਆਰਾ ਵਾ ਪ੍ਰੋਪਰ ਜਦੋਂ ਵਾਕ ਕਰੋਗੇ ਸੈਟ ਸੈਂਟਰ ਕੱਟ ਵਾਕ ਬਣਾ ਕੱਟ ਓਪਨ ਹੋਏਗਾ ਨਾਲ ਮਿਲੇਗੀ ਤੁਹਾਨੂੰ ਸਟੇਟ ਬਾਟਮ ਵਾਕ ਵਾਲੀ ਇਹ ਸੀਗਾ ਜੀ ਸਾਡਾ ਪੀਚ ਕਲਰ ਹੁਣ ਸੈਕਿੰਡ ਆਏਗਾ ਜੀ ਲਾਈਟ ਬਲੂ ਕਲਰ ਯਾਨੀ ਕਿ ਲਾਈਟ ਫਰੋਜ਼ੀ ਕਲਰ ਜੀ ਕੀ ਬਾਤ ਹੈ ਕਿਉਂਕਿ ਦੋਨਾਂ ਦੇ ਉੱਪਰ ਜਿਹੜਾ ਵਾਕ ਸਿਸਟਮ ਕੀਤਾ ਗਿਆ ਵਾ ਉਹ ਕੀਤਾ ਗਿਆ ਪੋਲ ਵਾਕ ਇਹ ਹੁੰਦਾ ਵਾ ਲਾਈਟ ਕਲਰ ਯਾਨੀ ਕਿ ਪੇਸਟਲ ਕਲਰ ਜਿਹਨੂੰ ਅਸੀਂ ਬੋਲਦੇ ਆ ਆਈਸਕ੍ਰੀਮ ਚਾਰਟ ਕਲਰ ਜੀ ਆ ਦੇਖੋ ਇਹਦੇ ਕਲਰ ਦੀ ਲੁੱਕ ਕਿੰਨੀ ਪਿਆਰੀ ਆ ਫਿਨਿਸ਼ਿੰਗ ਏਕ ਕਲਾਸ ਹਜੇ ਕੋਈ ਵੀ ਤੁਹਾਡੇ ਹਜੇ 올ਟੇਸ਼ਨ ਤੋਂ ਬਾਅਦ ਅਸੀਂ ਇਹਨਾਂ ਦੀ ਫਿਨਿਸ਼ਿੰਗ ਦੁਬਾਰਾ ਕਰਾਂਗੇ ਫਿਰ ਇਹਦੀ ਪ੍ਰੋਪਰ ਇਹਦੀ ਪਾਲਿਸ਼ ਹੋਏਗੀ ਤਾਂ ਤੁਹਾਨੂੰ ਹਰ ਚੀਜ਼ ਪ੍ਰੋਪਰ ਸਪਰੇਅ ਕਰਕੇ ਦਵਾਂਗੇ ਤੁਸੀਂ ਜਿਸ ਤਰ੍ਹਾਂ ਮਰਜੀ 골ਡ ਕਰਪਣਾ ਸਪਰੇਅ ਕਰ ਸਕਦੇ ਹੋ ਪਰਫਿਊਮ ਯੂਜ਼ ਕਰ ਸਕਦੇ ਹੋ ਕਿ ਪ੍ਰੋਪਰ ਟੈਸਲ ਹੋ ਜਾਣਗੇ ਜੀ ਇਹ ਹੈਗਾ ਸਾਡਾ ਡਿਜ਼ਾਈਨ ਨੰਬਰ 11 ਔਰ ਰੇਂਜ ਹੋਏਗੀ 25000 ਐਂਡ 810 ਰੁਪੀਸ ਓਨਲੀ ਫੋਰ 25810 ਦੀ ਰੇਂਜ ਦੇ ਅੰਦਰ ਹੋਏਗਾ ਜੀ ਆਰਟੀਕਲ ਨੰਬਰ 11 ਸਿਸਟਰ ਜੀ ਆਰਟੀਕਲ ਆਪਾਂ ਤੁਹਾਨੂੰ ਦਿਖਾਣੇ ਹੁਣ 15 ਹੀ ਨੇ ਤੇ 15 ਦੇ 15 ਜ਼ਬਰਦਸਤ ਹੋਣਗੇ ਤੇ ਇਹ ਪ੍ਰੋਪਰ ਸਾਡੀ ਟੀਮ ਮੈਂਬਰ ਨਵੇਂ ਮਨਪ੍ਰੀਤ ਕੌਰ ਜੀ ਕਢਾਲ ਕੇ ਦਿੰਦੇ ਨੇ ਤੁਹਾਨੂੰ ਵਧੀਆ ਵਧੀਆ ਪੀਸੇਸ ਤੇ ਹੁਣ ਨੈਕਸਟ ਆਏਗਾ ਜੀ ਆਰਟੀਕਲ ਨੰਬਰ 12 ਇਹ ਆਏਗਾ ਜੀ ਬਲੈਕ ਐਂਡ ਰੈਡ ਕਲਰ ਦੇ ਨਾਲ ਵੀ ਬੋਲ ਗਰਲ ਦੀ ਡਿਮਾਂਡ ਹੁੰਦੀ ਆ ਬਲੈਕ ਐਂਡ ਰੈਡ ਕਲਰ ਦੀ ਤਾਂ ਦੋਨੇ ਕਲਰ ਬੜੇ ਪਿਆਰੇ ਨੇ ਇਹਦੇ ਉੱਪਰ ਜਿਹੜਾ ਛਾਰਾ ਬਣਿਆ ਹੋਊ ਲਾਈਟ ਵੇਟ ਹੈਗਾ ਸਿੰਪਲ ਕਲੀਆਂ ਵਾਲਾ ਔਰ ਇਹ ਆਏਗਾ ਜੀ ਸ਼ਰਟ ਦਾ ਪੈਟਰਨ ਇਹਦਾ ਸਾਰਾ ਪੌਲ ਵਾਕ ਵੀ ਆ ਪ੍ਰੋਪਰ ਡੋਰੀ ਦਾ ਵਰਕ ਹੀ ਚੱਲਿਆ ਹੋਇਆ ਵਾ ਪੂਰੇ 슬ੀਵ ਤੇ ਵਾਕ ਵੀ ਆ ਪ੍ਰੋਪਰ ਇਹਦੇ ਉੱਪਰ ਐਸੈਸਰੀ ਵੀ ਐਡ ਕੀਤੀ ਹੋਈ ਆ ਬੋਲ ਦੀ ਤੇ ਲੜਕੇ ਨੇ ਥੋੜਾ ਬੈਗ ਤੋਂ ਟੱਚ ਕੀਤਾ ਹੋਇਆ ਕਿ ਫਿਟਿੰਗ ਦੇਣ ਵਾਸਤੇ ਬਟ ਬੈਗ ਤੇ ਡੋਰੀ ਹੈਗੀ ਆ ਸਾਰੀ ਵਾਕਮੈਨਸ਼ਿਪ ਹੋਏਗੀ ਔਰ ਦੁਪੱਟੇ ਤੇ ਵੀ ਵਾਕ ਆ ਸਿਸਟਰ ਜੀ ਯਾਨੀ ਕਿ ਦੁਪੱਟਾ ਲਾਈਟ ਹੈ ਦੁਪੱਟੇ ਦੇ ਫੋਰ ਸਾਈਡ ਐਮਬ੍ਰੋਇਡਰੀ ਕੀਤੀ ਗਈ ਆ ਥਿਸ ਇਜ਼ ਦ ਦੁਪੱਟਾ ਪਿਓਰ ਔਰਗੈਂਜ਼ਾ ਫੋਰ ਸਾਈਡ ਐਮਬ੍ਰੋਇਡਰੀ ਦੇ ਨਾਲ ਔਰ ਥਿਸ ਇਜ਼ ਅ ਸਕੈਲਪਿੰਗ ਬਾਰਡਰ ਇਹ ਹੈਗਾ ਸਿਸਟਰ ਜੀ ਬਲੈਕ ਕਲਰ ਔਰ ਗਰਲਸ ਔਰ ਲੇਡੀਜ਼ ਦੀ ਕੋ ਨੀਡ ਬਲੈਕ ਕਲਰ ਔਰ ਸੈਕਿੰਡ ਆਏਗਾ ਜੀ ਚੈਰੀ ਰੈਡ ਕਲਰ ਜੀ ਕਿਆ ਬਾਤ ਹੈ ਜੀ ਨੈਕਸਟ ਮੰਥ ਉਹ ਫੈਸਟੀਵਲ ਸਟਾਰਟ ਨੇ 10 ਤਰੀਕ ਨੂੰ ਰક્ષાਬੰਧਨ ਉਸ ਤੋਂ ਬਾਅਦ ਕਰਵਾ ਚੋ ਫਿਰ ਦੀਵਾਲੀ ਦਿਸ਼ਰਾ ਬਹੁਤ ਫੈਸਟੀਵਲ ਨੇ ਔਰ ਇਸ ਵਾਲੀ ਤਾਂ ਮੂਰਤ ਵੀ ਬਹੁਤ ਨੇ ਵਿਆਦੇ ਤਾਂ ਸਿਸਟਰ ਜੀ ਪਹਿਲਾਂ ਹੀ ਪਰਚੇਸਿੰਗ ਕਰ ਲੋ ਕਿਉਂਕਿ ਇਹ ਆਪਣੇ ਸੈਂਪਲਿੰਗ ਆ ਬਹੁਤ ਹੀ ਕਲੀਨ ਵੋਕ ਕੀਤੇ ਹੋਏ ਨੇ ਅੱਛੇ ਫੈਬਰਿਕ ਨੇ ਔਰ ਇਹ ਆਏਗਾ ਜੀ ਸਾਡਾ ਆਰਟੀਕਲ ਨੰਬਰ 12 ਔਰ ਰੇਂਜ ਹੋਏਗੀ 17000 ਔਰਲੀ ਔਰ ਇਹ ਆਏਗਾ ਜੀ ਆਰਟੀਕਲ ਨੰਬਰ 12 ਫੋਨ ਦਿਖਾਵਾਂਗੇ ਆਰਟੀਕਲ ਨੰਬਰ 13 ਤੇ ਉਸ ਵੜੇ 14 15 ਨੰਬਰ ਬੱਚੇ ਆ ਵਾਹ ਜੀ ਵਾਹ ਲਓ ਜੀ ਡਿਜ਼ਾਈਨ ਨੰਬਰ 13 ਚੂੜੀਦਾਰ ਬਾਜ਼ੂ ਜਿਨ ਬੋਲਦੇ ਸੀ ਪਾਕਿਸਤਾਨੀ ਸ਼ਾਰਾ ਅਰੇ ਆਏਗਾ ਜੀ ਪਿਓਰ ਬਨਾਰਸੀ ਫੈਬਰਿਕ ਪਰ ਵਾਚਿੰਗ ਫਰਮ ਯੂ ਐਸ ਏ ਤੀਨਾ ਅਬਰੋਇ ਚਾਹਾਂ ਜੀ ਵੈਰੀ ਗੁੱਡ ਈਵਨਿੰਗ ਆਹ ਲਓ ਜੀ ਇਹਦਾ ਵਰਕਮੈਨਸ਼ਿਪ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਆਏਗਾ ਸਿਸਟਰ ਜੀ ਕਿਆ ਬਾਤ ਹੈ ਜੀ ਕਿਆ ਬਾਤ ਹੈ ਟੀਨਾ ਅਬਰੋਈ ਜੀ ਥੈਂਕ ਯੂ ਸੋ ਮਚ ਔਰ ਇਹ ਆਏਗਾ ਜੀ ਪ੍ਰੋਪਰ ਬਨਾਰਸੀ ਸ਼ਾਰਗ ਐਂਡ ਥਿਸ ਇਜ਼ ਅ ਗਰਾਰਾ ਪ੍ਰੋਪਰ ਵੀਵਿੰਗ ਵਾਲਾ ਸਟਾਈਲ ਹੋਏਗਾ ਅੱਛਾ ਫਲੇਰ ਔਰ ਪਲੱਸ ਸਿਸਟਰ ਜੀ ਹਲਕੀ ਜੀ ਕੈਂਕਨ ਸੈਟ ਕੀਤੀ ਗਈ ਕਿ ਥੋੜਾ ਜਿਹਾ ਗਰਾਰੇ ਨੂੰ ਅੱਛਾ ਫਲੇਰ ਮਿਲ ਪਾਵੇ ਔਰ ਚੂਰੀਦਾਰ ਬਾਜ਼ੂ ਨੇ ਅਗਰ ਤੁਸੀਂ ਲਾਈਕ ਕਰ ਦਿਓ ਠੀਕ ਹੈ ਨਹੀਂ ਤਾਂ ਅਸੀਂ ਬਾਜ਼ੂ ਨੂੰ ਸ਼ਾਰਟ ਵੀ ਕਰ ਸਕਦੇ ਹਾਂ ਔਰ ਇਹ ਆਏਗਾ ਜੀ ਦੁਪੱਟਾ ਬਹੁਤ ਹੀ ਪਿਆਰਾ ਇਹਦੇ ਉੱਪਰ ਪ੍ਰੋਪਰ ਲੇਸੀ ਸਟੱਟ ਕੀਤੇ ਗਏ ਨੇ ਜਿਹਨੂੰ ਅਸੀਂ ਬੋਲਦੇ ਆ ਕਰਸ਼ ਲੇਸ ਜੋ ਬਹੁਤ ਪੁਰਾਣੇ ਚਾਹਦੇ ਹੁੰਦੇ ਸੀ 20 25 ਸਾਲ ਪਹਿਲਾਂ ਹੁਣ ਦੁਬਾਰਾ ਬਹੁਤ ਟ੍ਰੈਂਡ ਅਸ ਸਭ ਨੂੰ ਪਤਾ ਵਾ ਤੁਸੀਂ ਕੋਈ ਵੀ ਇਨਸਟਾ ਖੋਲੋਗੇ ਜਾਂ ਕੋਈ ਵੀ ਫੇਸਬੁੱਕ ਖੋਲੋਗੇ ਸਭ ਤੋਂ ਪਹਿਲਾਂ ਤੁਹਾਨੂੰ ਇਹੀ ਦੁਪੱਟੇ ਦੇਖਣ ਨੂੰ ਮਿਲਦੇ ਨੇ ਬਟ ਸਾਡੇ ਦੁਪੱਟੇ ਥੋੜੇ ਜਿਹਾ ਅਲੱਗ ਹੋਣਗੇ ਔਰ ਥੋੜੀ ਜਿਹੀ ਸਪਿਰ ਬਹੁਤ ਹੀ ਪਿਆਰਾ ਦੇਖੋ ਕਲਰ ਦੇਖੋ ਕਿੰਨਾ ਬਧੀ ਥਿਸ ਇਜ਼ ਦਾ ਆਈਸ ਬਲੂ ਜਿਹਨੇ ਅਸੀਂ ਬੋਲਦੇ ਆ ਲਾਈਟ ਫਰੋਜ਼ੀ ਕਲਰ ਥਿਸ ਇਜ਼ ਦਾ ਲਾਈਟ ਲਾਈਟ ਇਹ ਆਏਗਾ ਜੀ ਪੀਚ 골ਡ ਕਲਰ ਇਹ ਆਏਗਾ ਜੀ ਲਾਈਟ ਫਰੋਜ਼ੀ ਕਲਰ ਜੀ ਤੁਸੀਂ ਕੋਈ ਵੀ ਬਾਈ ਕਰਨਾ ਵਾ ਔਰ ਸਿਰਫ ਟਿਕ ਕਰੋ ਨੰਬਰਾਂ ਦੇ ਵਟਸਐਪ ਕਰੋ ਔਰ ਇਹ ਆਏਗਾ ਜੀ ਡਿਜ਼ਾਈਨ ਨੰਬਰ 13 13 ਨੰਬਰ ਆਰਟੀਕਲ ਔਰ ਇਹ ਆਏਗਾ ਜੀ 25000 25000 ਐਂਡ 60 ਰੁਪੀਜ਼ ਓਨਲੀ ਫੋਰ ਔਰ ਟੀਨਾ ਬਰੋਏ ਜੀ ਥੈਂਕ ਯੂ ਸੋ ਮਚ ਫॉर ਜੁਆਇਨਿੰਗ ਆਫ ਦਾ ਲਾਈਵ ਸੈਸ਼ਨ ਬਲਵੀ ਸਟੋਰ ਔਰ ਅਗਰ ਤੁਸੀਂ ਵਿਜ਼ਿਟ ਨਹੀਂ ਕੀਤਾ ਤਾਂ ਜ਼ਰੂਰ ਕਰੋ ਵਿਜ਼ਿਟ ਬਲ ਰੀਸਟੋਰ ਆਪਰ ਪੋਸਟ ਆਫ ਇਚੋਂਗ ਨੀਅਰ ਗੁਰਦੁਆਰਾ ਸਿੰਘ ਸਭਾ ਮਾਲਟੋਨ ਮਾਰਕੀ ਲੁਧਿਆਣਾ ਤੇ ਤੁਹਾਨੂੰ ਪਤਾ ਹੀ ਹੈ 60 ਸਾਲ ਤੋਂ ਅਸੀਂ ਸੇਵਾ ਚ ਹਾਜ਼ਰ ਔਰ 5 ਸਾਲ ਤੋਂ ਆਨਲਾਈਨ ਸੇਵਾ ਚ ਹਾਜ਼ਰ ਔਰ 3 ਸਾਲ ਤੋਂ ਇੰਸਟਾ ਤੇ ਥੋੜੀ ਸੇਵਾ ਚ ਹਾਜ਼ਰ ਤੇ ਬੜੇ 14 ਨੰਬਰ ਕਿਹੜਾ ਤੇ ਮੈਨੂੰ ਦੱਸੋ 15 ਨੰਬਰ ਕਿਹੜਾ ਵਾ ਇਹ ਦੋਨੇ ਆਰਟੀਕਲ ਜਿਹਨੂੰ ਅਸੀਂ ਬੋਲਦੇ ਆ ਭੈਣ ਭਰਾ ਭੈਣ ਭਰਾ ਕਿਹਾ ਸਕਦੇ ਦੋਨੇ ਸਿਸਟਰ ਕਿਹਾ ਸਕਦੇ ਕਜ਼ਨ ਸਿਸਟਰ ਕਿਉਂਕਿ ਇੱਕ ਹੈਗਾ ਨੇਵੀ ਕਲਰ ਇੱਕ ਹੈਗਾ ਬਲੈਕ ਕਲਰ ਔਰ ਦੋਨਾਂ ਦਾ ਸਟਾਈਲ ਸੇਮ ਹੈਗਾ ਪਤਾ ਰਾਹੁਲ ਜੀ ਨੇ ਕਿਹਾ ਤਾ ਵਾ ਕਿ ਪਹਿਲਾ ਪੀਸ ਆ ਹੈਗਾ ਵਾ ਇਹ ਅਗਾਜੀ ਡਿਜ਼ਾਈਨ ਨੰਬਰ 14 ਨੇਵੀ ਬਲੂ ਕਲਰ ਔਰ ਸਭ ਤੋਂ ਪਿਆਰਾ ਵਾਕ ਹੈ ਜਿਹਨੂੰ ਅਸੀਂ ਕਹਿੰਦੇ ਆ ਕਿ ਪ੍ਰੋਪਰਲੀ ਡਿਮਾਉਂਟਿੰਗ ਵਾਕ ਨੇਵੀ ਟੂ ਨੇਵੀ ਤਾਂ ਅਸੀਂ ਬਲੈਕ ਟੂ ਬਲੈਕ ਬਹੁਤ ਦੇਖਿਆ ਸੀਗੇ ਵਾਈਟ ਟੂ ਵਾਈਟ ਬਹੁਤ ਦੇਖਿਆ ਸੀ ਬਟ ਦਿਸ ਇਜ਼ ਅ ਫਰਸਟ ਆਰਟੀਕਲ ਨੇਵੀ ਟੂ ਨੇਵੀ ਔਰ ਨੀਚੇ ਆਇਗਾ ਜੀ ਪ੍ਰੋਪਰ ਕਲੀਆਂ ਵਾਲਾ ਸ਼ਾਰਾ ਔਰ ਸੈਂਟਚ ਕੱਟ ਕੀਤਾ ਜਿਹਨੂੰ ਉਹਦਾ ਇਸ ਇਨਟੋਵੈਸਨ ਸਟਾਈਲ ਬੜੇ ਬੈਕ ਕਰਿਓ ਫਰੰਟ ਦੀ ਵਾਕ ਆ ਸਿਸਟਰ ਜੀ ਬੈਕ ਤੇ ਹੀ ਵਾਕ ਆ ਦਿਸ ਇਜ਼ ਅ ਫਰਸਟ ਆਰਟੀਕਲ ਆਫ ਡਿਜ਼ਾਈਨਰ ਸਾਬਿਆ ਸਾਚੀ ਆਫ ਦਾ 2024 ਸੀਜ਼ਨ ਸਟਾਰਟਿੰਗ ਹੋ ਰਿਹਾ ਹੈ ਜੀ ਨੇਵੀ ਟੂ ਨੇਵੀ ਚੋਕਰ ਦੁਪੱਟਾ ਨਾਲ ਹੋਏਗਾ ਸਸਟਰ ਜੀ ਦੇ ਤੁਸੀਂ ਕੰਮ ਦੀ ਫਿਨਿਸ਼ਿੰਗ ਚੈੱਕ ਕਰੋ ਕਿੰਨਾ ਕਲਾਸ ਵਰਕ ਕੀਤਾ ਗਿਆ ਵਾ ਪ੍ਰੋਪਰ ਆरिजिनल ਜ਼ੀਰੋ ਨੰਬਰ ਕਰਦਾਨਾ ਸਿ ਲਿਆ ਗਿਆ ਵਾ ਉਹਦੇ ਨਾਲ ਥ्रेड ਦੀ ਸੈਟਿੰਗ ਕੀਤੀ ਗਈ ਆ ਔਰ ਇਹ ਆਏਗਾ ਜੀ ਮੇਰਾ ਪੈਪਲਮ ਸਟਾਈਲ ਜੀ ਡਾਰਕ ਨੇਵੀ ਟੂ ਬਲੈਕ ਬਲੂ ਕਲਰ ਜੀ ਇਹ ਆਏਗਾ ਜੀ ਡਿਜ਼ਾਈਨ ਨੰਬਰ ਸਾਡਾ 14 ਡਿਜ਼ਾਈਨ ਨੰਬਰ 14 ਹੋਏਗਾ ਜੀ 32230 ਓਨਲੀ 4 32230 ਦੀ ਰੇਂਜ on the last article design number 15 ਇਹਗਾ ਜੀ ਡਿਜ਼ਾਈਨ ਨੰਬਰ 15 ਬਲੈਕ ਕਲਰ ਜੈਟ ਬਲੈਕ ਕਲਰ ਜੀ ਬਲੈਕ ਟੂ ਬਲੈਕ ਕੋਈ ਬਲੈਕ ਐਸਾ ਕਲਰ ਸਿਸਟਰ ਜੀ ਚਾਹੇ ਨਾਈਟ ਫੰਕਸ਼ਨ ਦੇ ਵੇਅਰ ਕਰੋ ਡੇ ਫੰਕਸ਼ਨ ਦੇ ਵੇਅਰ ਕਰੋ ਇਨਡੋਰ ਕਰੋ ਆਊਟਡੋਰ ਕਰੋ ਹਰ ਪਾਸੇ ਲੱਗੇਗਾ ਆਸਮ ਕਲਾਸ ਕੀ ਬਾਤ ਹੈ ਹਰ ਦੀ ਪਰਸਨੈਲਿਟੀ ਨੂੰ ਕਰੇਗਾ ਸੂਟ ਬੈਕ ਬੋਥ ਪਿਆਰੀ ਹੈ ਬੈਗ ਤੋਂ ਕਵਰ ਕਰਨਾ ਤਾਂ ਫੈਬਰਿਕ ਨਾਲ ਦਿੱਤਾ ਗਿਆ ਵਾ ਤਾਂ ਅਸੀਂ ਉਥੇ ਪਿੰਟ ਟੈਕਸ ਕਰਕੇ ਹਰ ਤਰ੍ਹਾਂ ਦੀ ਡਿਜ਼ਾਈਨਿੰਗ ਕਰਦੇ ਸਿਸਟਰ ਜੀ ਨੰਬਰਾਂ ਤੇ ਕਰੋਗੇ ਕੰਟੈਕਟ ਤੁਹਾਨੂੰ ਹਰ ਚੀਜ਼ ਦਾ ਫੀਡਬੈਕ ਮਿਲੇਗਾ ਕਿਸ ਤਰ੍ਹਾਂ ਦੇ ਪੀਸ ਕਿਸ ਤਰ੍ਹਾਂ ਦੇ ਤੁਸੀਂ ਚਾਹਨੇ ਹੋ ਪ੍ਰੋਪਰ ਬੈਗ ਤੋਂ ਕਿੰਨਾ ਥੋੜਾ ਨੈਕ ਹੋਣਾ ਚਾਹੀਦਾ ਵਾ ਅਸੀਂ ਅਗਰ ਥੋੜਾ ਕੋ ਸਾਈਜ਼ ਦੀ ਪ੍ਰੋਬਲਮ ਆ ਤਾਂ ਟੈਨਸ਼ਨ ਲੈਣ ਦੀ ਲੋੜ ਨਹੀਂ ਅੱਛਾ ਟੀਨਾ ਬਰਵਾ ਜਾਂਜੀ ਮੈਂ 304 ਪੀਸ ਆਲਰੇਡੀ ਬਾਈ ਕੀਤੇ ਹੋਏ ਨੇ ਥੈਂਕ ਯੂ ਸੋ ਮੱਚ ਕਿਤੇ ਬੜੇ ਤੁਸੀਂ ਹੁਣ ਦਿੱਦੀ ਐਚੋ ਹੀ ਕਰੋ ਇਹ ਵੀ ਵੀਡੀਓ ਬਹੁਤ ਵਧੀਆ ਥੋੜਾ ਵਸੇ ਮੈਂ ਬਹੁਤ ਯਾਨੀ ਕਿ ਦਮ ਲਾ ਕੇ ਪਾਈ ਆ ਤੁਸੀਂ ਇਹੋ ਚੋ 3-4 ਪੀਸ ਬਾਈ ਕਰ ਸਕਦੇ ਹੋ ਕਿਉਂਕਿ ਸਾਰੀ ਨਵੀਂ ਕਲੈਕਸ਼ਨ ਹੈਗੀ ਆ ਤੇ ਬਹੁਤ ਹੀ ਪਿਆਰਾ ਪੀਸ ਆ ਬਲ ਔਵਿਕਾ ਜੀ ਡਿਜ਼ਾਈਨ ਨੰਬਰ 15 ਆਰਟੀਕਲ ਨੰਬਰ 15 ਰੇਂਜ ਹੋਏਗੀ 29380 ਓਨਲੀ ਓਨ ਇਹ ਆ ਗਿਆ ਜੀ ਡਿਜ਼ਾਈਨ ਨੰਬਰ 15 29380 ਸਿਸਟਰ ਜੀ ਇਹ ਸੀਗੇ ਆਦੇ ਸਾਡੇ 15 ਆਰਟੀਕਲ ਔਰ ਸ਼ਾਪ ਦੇ ਵਾਟਸਪੈਨ ਨੰਬਰ ਤੁਸੀਂ ਕੋਈ ਵੀ ਆਰਟੀਕਲ ਆਪਣਾ ਬੁੱਕ ਕਰਵਾਣਾ ਮਾ ਕੋਈ ਵੀ ਇਨਕੁਆਰੀ ਕਰਨੀ ਆ ਵੈਸੇ ਤਾਂ ਮੈਂ ਵੀਡੀਓ ਚ ਹਰ ਗੱਲ ਹਰ ਫੈਬਰਿਕ ਹਰ ਕਲਰ ਦੱਸ ਦੇਣਾ ਬਾਅਦ ਕੋਈ ਵੀ تامੇ ਕਨਫਿਊਜ਼ਿੰਗ ਆ ਫੇਰ ਕੋਈ ਦਿੱਕਤ ਨਹੀਂ ਨੰਬਰ ਨੇ ਫਰਸ ਸੈਕਿੰਡ ਥਰਡ ਇਹ ਸ਼ੋਅਬ ਨੰਬਰ ਇਹ ਨੰਬਰ ਮੇਰਾ ਤੇ ਤੁਸੀਂ ਕਿਸੇ ਵੀ ਨੰਬਰ ਨੂੰ ਕਰੋ ਸੇਵ ਔਰ ਕਰੋ ਕੰਟ੍ਰੈਕਟ ਔਰ ਕਰੋ ਆਪਣਾ ਆਰਡਰ ਪਲੇਸ 2 ਤੋਂ 3 ਡੇਸ ਇੰਡੀਆ ਦੇ ਅੰਦਰ ਔਰ 4 ਤੋਂ 5 ਡੇਸ ਪੂਰੇ ਆਲ ਵਰਲਡ ਦੇ ਅੰਦਰ ਤੇ ਮੈਂ ਕਰਾਂਗਾ ਵੇਟ ਤੁਹਾਡੇ ਆਰਡਰ ਦੀ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਫਤਿਹ ਕਰਿਓ ਪਰਮਾਨ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਲਦੇ ਹਾਂ ਕੁਝ ਫਿਰ ਨਵੇਂ ਆਰਟੀਕਲ ਦੇ ਨਾਲ ਕੱਲ ਮਿਲਦੇ